ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜ ਪ੍ਰੈਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਪਿਆਰੇ ਸੂਟ ਲੈ ਕੇ ਆਏ ਹਾਂ ਅਸੀਂ ਵੀਡੀਓ ਦੇ ਵਿੱਚ। ਅੱਜ ਤੁਹਾਨੂੰ ਅਸੀਂ ਸ਼ਿਪਿੰਗ ਫਰੀ ਦੇਵਾਂਗੇ, ਸਾਰੀ ਸੂਟਾਂ ਦੀ ਸ਼ਿਪਿੰਗ ਫਰੀ ਹੋਏਗੀ। ਅੱਜ ਦੀ ਵੀਡੀਓ 'ਚ ਜਿਹੜੇ ਸੂਟ ਹੈਗੇ ਨੇ ਜੀ, ਇਹ ਸਾਰੀ 2500-3000 ਵਾਲੀ ਰੇਂਜ ਦੇ ਸੂਟ ਨੇ। 2200-2300-2500-3000 ਵਾਲੀ ਰੇਂਜ, 3000 ਤੱਕ ਦੇ ਸੂਟ ਨੇ ਅੱਜ ਦੀ ਵੀਡੀਓ ਦੇ ਵਿੱਚ। ਬਹੁਤ ਪਿਆਰੀ ਕਲੈਕਸ਼ਨ, ਕੁਛ ਇੱਕ ਅਸੀਂ ਤੁਹਾਨੂੰ ਮਸ਼ੀਨੀ ਵਰਕ ਦੇ ਸੂਟ ਵੀ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ, ਅਤੇ ਕਾਫੀ ਤਰ੍ਹਾਂ ਦਾ ਅਲੱਗ ਅਲੱਗ ਤਰ੍ਹਾਂ ਦਾ ਸਟੱਫ ਰਹੇਗਾ। ਬ੍ਰਾਂਡਿਡ ਪੀਸ ਰਹਿਣਗੇ, ਰਾਮਟੈਕਸ ਦੇ ਰਹਿਣਗੇ, ਆਰਟੈਕਸ ਦੇ ਰਹਿਣਗੇ, ਅਤੇ ਅਲੱਗ ਅਲੱਗ ਰਾਖੀ ਵਗੈਰਾ ਵੀ ਸਾਰੇ ਸੂਟ ਤੁਹਾਨੂੰ ਦਿਖਾਵਾਂਗੇ। ਬੁਕਿੰਗ ਲਈ ਨੰਬਰ ਹੋਊਗਾ ਜੀ 8283-8283-81 ਨੰਬਰ। ਇਸ ਨੰਬਰ 'ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸਦਾ ਸਕਰੀਨਸ਼ੋਟ ਲੈ ਕੇ ਮੇਰੇ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਕਲੈਕਸ਼ਨ ਇੰਨੀ ਕੁ ਪਿਆਰੀ ਹੈ ਕਿ ਜਿੱਦਾਂ ਹੁਣ ਸੇਲਾਂ ਕੱਢੀਆਂ ਹੋਈਆਂ ਨੇ ਇਹਨਾਂ ਦੇ ਵਿੱਚ, ਨਾਲ ਦੀ ਨਾਲ ਸਟੋਕ ਕਲੀਅਰ ਹੋ ਜਾਂਦਾ। ਕਾਫੀ ਦੂਰ ਦੂਰ ਤੋਂ ਵੀ ਕਲਾਇੰਟ ਆਉਂਦੇ, ਜਿਵੇਂ ਕੱਲ੍ਹ ਲੁਧਿਆਣੇ ਤੋਂ ਵੀ ਆਏ ਸੀਗੇ। ਫਿਰ ਨਾ ਸਾਨੂੰ ਥੋੜ੍ਹਾ ਜਿਹਾ ਇੱਦਾਂ ਹੋ ਜਾਂਦਾ ਕਿ ਸਾਡੇ ਕੋਲ ਸ਼ੋਪ 'ਤੇ ਸਟੋਕ ਬਹੁਤ ਲਿਮਿਟਡ ਜਿਹਾ ਹੁੰਦਾ ਹੈ, ਉਹ 'ਚ ਤੁਹਾਨੂੰ ਚੋਇਸ ਕਰਨ ਨੂੰ ਮਿਲੇ ਜਾਂ ਨਾ ਮਿਲੇ। ਰਿਕੁਐਸਟ ਆ, ਔਨਲਾਈਨ ਲੈ ਲਓ ਜੀ, ਤੁਸੀਂ ਦੂਰੋਂ ਆਉਂਦੇ ਹਾਂ। ਮੈਂ ਕੋਸ਼ਿਸ਼ ਕਰਦੀ ਹਾਂ ਰੱਖੜੀਆਂ ਤੋਂ ਪਹਿਲਾਂ ਐਗਜੀਬਿਸ਼ਨ ਲਗਾਵਾਂਗੇ ਜੀ। ਕੋਸ਼ਿਸ਼ ਆ, ਹਾਲੇ ਮੈਂ ਕੋਈ ਡੇਟ ਵਗੈਰਾ ਨਹੀਂ ਫਿਕਸ ਕੀਤੀ, ਹਾਲੇ ਮਾਇੰਡ ਵੀ ਪੂਰਾ ਨਹੀਂ ਬਣਾਇਆ ਹੈਗਾ। ਬਟ ਜਿਹੜੇ ਹਿਸਾਬ ਨਾਲ ਮੈਨੂੰ ਕਾਲਸ ਆਉਣੀ ਆ, ਅਸੀਂ ਤੁਹਾਡੇ ਵਿਜ਼ਿਟ ਕਰਨਾ ਹੈ, ਤਾਂ ਫਿਰ ਮੈਨੂੰ ਐਗਜੀਬਿਸ਼ਨ ਲਗਾਉਣੀ ਪੈਣੀ ਹੈ ਜੀ 2-3 ਦਿਨ ਦੀ। ਉਹ ਅਸੀਂ ਤੁਹਾਨੂੰ ਦੱਸਾਂਗੇ ਕਦੋਂ ਲਗਾਉਣੀ ਆ, ਅਤੇ ਫਿਲਹਾਲ ਹਾਲੇ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਲਓ ਜੀ। ਬਹੁਤ ਸੋਹਣੇ ਸੋਹਣੇ ਜਿਹੇ ਸੂਟ ਨੇ ਸਾਰੇ। ਪ੍ਰਾਈਸ ਸਾਰੀ ਹੀ ਵੀਡੀਓ ਤਾਂ ਰਹੂਗਾ 2050, ਸ਼ਿਪਿੰਗ ਰਹੇਗੀ ਜੀ ਫਰੀ। ਪਹਿਲਾਂ ਕੋਟਨ ਤੋਂ ਸ਼ੁਰੂ ਕਰਦੇ ਹਾਂ। ਪਿਓਰ ਕੋਟਨ ਦਾ ਸੂਟ ਆ, ਸਾਰੇ ਬ੍ਰਾਂਡਡ ਰਹਿਣਗੇ ਜੀ ਪੀਸ। ਕੋਟਨ ਦੇ ਸੂਟਾਂ ਤੋਂ ਸ਼ੁਰੂ ਕਰਦੇ ਹਾਂ ਜੀ। ਇਹ ਹੈਗੇ ਨੇ ਰਾਮਟੈਕਸ ਬ੍ਰਾਂਡ ਦੇ ਸੂਟ, ਠੀਕ ਹੈ। ਵਿਦਾਊਟ ਲਾਈਨਿੰਗ ਸੂਟ ਬਣੇਗਾ, ਸੂਟ ਦੀ ਲੁੱਕ ਬਹੁਤ ਸੋਹਣੀ ਆ। 2500 ਦਾ ਸੂਟ ਸੀਗਾ, 26 ਦਾ ਮੇ ਵੀ ਇਹ ਵਾਲਾ ਸੂਟ ਰਿਪੀਟ ਸੈੱਟ ਆ। ਕਲਰ ਤੁਹਾਨੂੰ ਦੇ ਦਾਂਗੇ, ਇਹ 'ਚ 1-2 ਕੀ ਕਲਰ ਆਉਂਦੇ ਆ। ਬਹੁਤ ਪਿਆਰਾ ਸੂਟ ਹੈ ਜੀ, ਸਟੱਫ ਬਹੁਤ ਸੋਹਣਾ ਹੈ। ਵਿਦਾਊਟ ਲਾਈਨਿੰਗ ਹੈ ਵੈਸੇ, ਬਟ ਆਫ ਵਾਈਟ ਹੋਣ ਕਰਕੇ ਤੁਹਾਨੂੰ ਸਲਵਾਰ ਦੇ ਨੀਚੇ ਸ਼ਾਇਦ ਲਾਈਨਿੰਗ ਲਗਵਾਉਣੀ ਪਵੇ। ਵਾਸ਼ ਕਰਨ ਤੋਂ ਬਾਅਦ ਤੁਸੀਂ ਦੇਖ ਲਿਓ ਅਗਰ ਜ਼ਰੂਰਤ ਪਈ ਤਾਂ। ਸਾਰਾ ਹੀ ਸੂਟ ਹਾਈਲਾਈਟ ਕੀਤਾ ਹੋਇਆ ਜੀ ਸਿੱਪੀ ਦੇ ਨਾਲ, ਗੱਠ ਕਢਾਈ ਦੇ ਨਾਲ ਬਹੁਤ ਸੋਹਣਾ ਪੀਸ ਬਣਿਆ ਹੋਇਆ। ਪਿਓਰ ਦੇ ਦੁਪੱਟੇ ਆ, 2050 ਦੇ ਵਿੱਚ ਤੁਹਾਨੂੰ ਇਹ ਸੂਟ ਬਹੁਤ ਸੋਹਣੇ ਮਿਲ ਰਹੇ ਆ। ਇਸ ਸੇਮ ਦੇ ਵਿੱਚ ਤੁਹਾਨੂੰ 2 ਸੂਟ ਮਿਲ ਜਾਣਗੇ, ਜਿਹੜਾ ਸੂਟ ਖੋਲ੍ਹਿਆ ਬਲੈਕ ਐਂਡ ਆਫ ਵਾਈਟ ਦੇ ਵਿੱਚ, ਠੀਕ ਹੈ ਜੀ। ਅਤੇ 2 ਸੂਟ ਤੁਹਾਨੂੰ ਮਿਲ ਜਾਣਗੇ ਇਹ ਵਾਲੇ ਬਲੂ ਕਲਰ ਦੇ ਵਿੱਚ। ਦੋ ਪੀਸ ਹੈਗੇ ਨੇ। ਫਰੰਟ ਬਹੁਤ ਸੋਹਣਾ ਬਣਿਆ ਹੋਇਆ, ਪ੍ਰਿੰਟਿੰਗ ਬਹੁਤ ਪਿਆਰੀ ਆ, ਅਤੇ ਇਹ ਹੈਗਾ ਜੀ ਘੇਰਾ ਇਹਦਾ। ਦੁਪੱਟੇ ਹੈਗੇ ਆ ਪਿਓਰ ਦੇ, ਇੱਦਾਂ ਪਿਓਰ ਸ਼ਫੋਨ ਦੇ। ਇਹ 'ਚ ਵੀ ਤੁਹਾਨੂੰ 2 ਸੂਟ ਮਿਲ ਜਾਣਗੇ, ਠੀਕ ਹੈ। ਇਹ ਹੈਗਾ ਇਹਦਾ ਸੈਕਿੰਡ ਸੂਟ, ਸੇਮ ਹੀ ਕਲਰ ਦੇ ਵਿੱਚ। 2050 ਹੈਗਾ ਜੀ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ। ਨੈਕਸਟ ਸੂਟ ਦਿਖਾ ਰਹੀ ਹਾਂ ਤੁਹਾਨੂੰ, ਕਲਰ ਵੀ ਬਹੁਤ ਸੋਹਣਾ। ਇਹ ਹੈਗੇ ਨੇ ਜੀ ਰਾਖੀ ਬ੍ਰਾਂਡ ਦੇ ਸੂਟ, ਪਹਿਲਾਂ ਰਾਮਟੈਕਸ ਦਿਖਾਇਆ ਅਤੇ ਹੁਣ ਹੈਗੀ ਹੈ ਰਾਖੀ। ਸਾਰੇ ਬ੍ਰਾਂਡਡ ਸੂਟ ਮਿਲਣਗੇ ਤੁਹਾਨੂੰ ਸ਼ੋਪ ਤੋਂ।
ਸਟੱਫ ਬਹੁਤ ਪਿਆਰਾ ਲੀਲਨ ਦਾ ਸਟੱਫ ਹੈ ਜੀ। ਇਹ ਪ੍ਰਿੰਟ ਤੁਹਾਡੇ ਸਾਹਮਣੇ ਆ, ਬਹੁਤ ਸੋਹਣਾ ਪ੍ਰਿੰਟ ਆ, ਹਾਈਲਾਈਟ ਕੀਤਾ ਹੋਇਆ ਤਿੱਲੇ ਦੇ ਨਾਲ, ਲੇਸ ਲਗਾ ਕੇ ਘੇਰਾ ਬਣਿਆ ਹੋਇਆ, ਨੀਚੇ ਬਹੁਤ ਪਿਆਰੀ ਲੇਸ ਲੱਗੀ ਹੋਈ ਆ। ਪਿਓਰ ਕੋਟਨ ਦੀ ਸਲਵਾਰ ਆ, ਵਿਦਾਊਟ ਲਾਈਨਿੰਗ ਸੂਟ ਬਣੇਗਾ ਅਤੇ ਪਿਓਰ ਕੋਟਨ ਦਾ ਦੁਪੱਟਾ, ਮਸਲੀਨ ਦਾ ਨਹੀਂ ਹੈਗਾ ਜੀ, ਪਿਓਰ ਕੋਟਨ ਦਾ ਦੁਪੱਟਾ। ਦੁਪੱਟਾ ਮਿਲੇਗਾ ਤੁਹਾਨੂੰ ਲੰਮਾ ਚੌੜਾ, ਕਾਫੀ ਜ਼ਿਆਦਾ ਲੈਂਥ ਵੀ ਇੱਥੇ ਜੀ ਦੁਪੱਟੇ ਦੇ। ਲੇਸ ਲੱਗੀ ਹੋਈ ਆ ਨੀਚੇ, ਇਹ ਤੁਹਾਨੂੰ ਕਲਰ ਆਪਸ਼ਨ ਦੇ ਦਿੰਦੇ ਹਾਂ। ਆਨੀਅਨ ਜਾਂ ਸ਼ੇਡ ਦੀ ਸਲਵਾਰ ਆ ਜਾਏਗੀ, ਠੀਕ ਹੈ। ਇੱਕ ਆ ਜਾਏਗਾ ਜੀ ਇਹ ਮਾਊਸ ਜਿਹਾ ਸ਼ੇਡ ਆ, ਬਹੁਤ ਪਿਆਰਾ ਜਿਹਾ ਸਲਵਾਰ ਦਾ, ਅਤੇ ਇੱਕ ਆ ਜਾਏਗਾ ਇਹ ਥੋੜ੍ਹਾ ਜਿਹਾ ਪੀਚ ਰਸਟੀ ਜਿਹਾ ਸ਼ੇਡ ਆ, ਬਹੁਤ ਸੋਹਣਾ ਜਿਹਾ। ਕਲਰ ਚਾਰ ਚਾਰ ਦੇ ਚਾਰੋਂ ਹੀ ਬਹੁਤ ਸੋਹਣੇ ਆ, ਪਿਓਰ ਕੋਟਨ। ਮਸਲੀਨ 'ਤੇ ਦਿਖਾਉਂਦੇ ਹਾਂ ਸੂਟ, ਵਰਕ ਵਾਲੀ ਮਸਲੀਨ ਆ। ਇਹਨੂੰ ਤੁਸੀਂ ਕਿਸੇ ਛੋਟੇ ਮੋਟੇ ਫੰਕਸ਼ਨ 'ਤੇ ਵੀ ਪਾ ਸਕਦੇ ਹੋ, ਜਿਨ੍ਹਾਂ ਨੇ ਮਤਲਬ ਘੱਟ ਪ੍ਰਾਈਸ ਸੂਟ ਲੈਣੇ ਆ। ਸਾਰਾ ਹੀ ਫਰੰਟ ਹਾਈਲਾਈਟ ਹੈ ਜੀ, ਸਿਕਵੈਂਸ ਵਰਕ ਦੇ ਨਾਲ, ਠੀਕ ਹੈ ਜੀ। 3000 ਵਾਲਾ ਸੂਟ ਆ, ਬੈਕ ਸਾਈਡ ਵੀ ਸੇਮ ਰਹੂਗੀ, ਪਿਓਰ ਮਸਲੀਨ ਦਾ ਸੋਫਟ ਸਟੱਫ ਦੇ ਉੱਪਰ ਸੂਟ ਆ, ਪਿਓਰ ਮਸਲੀਨ ਦੀ ਉਹ ਸਲਵਾਰ ਹੈ ਇਹਦੀ, ਅਤੇ ਦੁਪੱਟਾ ਵੀ ਮਸਲੀਨ ਦਾ ਹੀ ਆ। ਇੱਦਾਂ ਰਹੇਗਾ ਜੀ ਦੁਪੱਟਾ, ਦੁਪੱਟੇ ਸਾਰੇ ਦੇ ਵਿੱਚ ਵੀ ਇਹ ਦੇਖੋ, ਸ਼ਾਇਦ ਤੁਹਾਨੂੰ ਬੂਟੀ ਦਿਖਦੀ ਹੋਵੇ ਵੀਡੀਓ ਦੇ ਵਿੱਚ, ਸਾਰੇ ਦੁਪੱਟੇ 'ਚ ਇਹ ਬੈਕ ਸਾਈਡ ਤੋਂ ਦਿਖੇਗਾ, ਜਿੰਨੀਆਂ ਵੀ ਇਹ ਵਾਈਟ ਵਾਈਟ ਦਿਖ ਰਹੇ ਹਾਂ ਇਹ ਵਰਕ ਹੈ ਜੀ ਸਾਰਾ ਦੁਪੱਟੇ ਦੇ ਵਿੱਚ। 2050 ਹੈਗਾ ਅੱਜ ਦੀ ਵੀਡੀਓ ਦਾ ਪ੍ਰਾਈਸ, ਸ਼ਿਪਿੰਗ ਵਿੱਚ ਹੈ ਜੀ ਫਰੀ ਦੇ ਨਾਲ ਤੁਹਾਨੂੰ। ਇਹ ਹੈਗਾ ਇਹਦੇ ਵਿੱਚ ਮਹਿੰਦੀ ਕਲਰ, ਠੀਕ ਹੈ। ਇੱਕ ਹੈਗਾ ਗਰੇ ਅਤੇ ਇੱਕ ਤੁਹਾਨੂੰ ਨੀਚੇ ਪੀਕੌਕ ਜਿਹਾ ਕਲਰ ਦਿਖਾਤਾ, ਸੇਮ ਹੀ ਸਟੱਫ ਅਤੇ ਡਿਜ਼ਾਈਨ ਦਿੰਦੇ ਹਾਂ। ਸਟੱਫ ਸੇਮ ਰਹੇਗਾ, ਹਲਕਾ ਜਿਹਾ ਡਿਜ਼ਾਈਨ ਚੇਂਜ ਹੋ ਜਾਏਗਾ, ਸੇਮ ਹੀ ਡਿਜ਼ਾਈਨ ਹੈ ਤਕਰੀਬਨ, ਥੋੜ੍ਹਾ ਬਹੁਤਾ ਜਿਹਾ ਫਰਕ ਆਏਗਾ, ਠੀਕ ਹੈ ਜੀ। ਜਿਹੜਾ ਫੁੱਲਾਂ ਦਾ ਡਿਜ਼ਾਈਨ ਹੈ ਇਹ ਚੇਂਜ ਹੋ ਜਾਏਗਾ, ਕਲਰ ਆਪਸ਼ਨ। ਦੁਪੱਟਾ ਵੀ ਸੇਮ ਵਰਕ ਵਾਲਾ ਹੀ ਮਿਲੇਗਾ, ਪ੍ਰਿੰਟ ਦੇ ਉੱਪਰ ਵਰਕ, ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਆ ਦੁਪੱਟਾ। ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ, ਮਸਟਰਡ ਸ਼ੇਡ, ਬਿਲਕੁਲ ਸੋਫਟ ਸਟੱਫ ਆ, ਫਿਟਿੰਗ ਬਹੁਤ ਪਿਆਰੀ ਆਉਂਦੀ ਆ ਸੂਟ ਦੇ। ਸੇਮ ਕਲਰ ਦੇ ਦੋ ਸੂਟ ਆ, ਠੀਕ ਹੈ ਜੀ। ਮਸਲੀਨ ਦੇ ਹੀ ਦਿਖਾ ਦਈਏ ਪਹਿਲਾਂ ਤੁਹਾਨੂੰ ਸਾਰੇ ਸੂਟ, ਇਹ ਵੀ ਹੈਗੇ ਆ ਕੋਟਨ ਮਸਲੀਨ ਦੇ ਉੱਪਰ, ਗ੍ਰੇ ਐਂਡ ਬਲੈਕ ਦਾ ਬਹੁਤ ਪਿਆਰਾ ਕੰਟਰਾਸਟ ਆ, ਆਫਿਸ ਵੀਅਰ ਸੂਟ ਹੈ ਜੀ, ਬਹੁਤ ਸੋਹਣਾ ਸੂਟ ਆ। ਗ੍ਰੇ ਕਲਰ ਦੀ ਸਲਵਾਰ ਹੈ ਇਹਦੀ, ਤੁਸੀਂ ਪੈਂਟ ਬਣਾਓ ਸੂਟ ਨਾਲ, ਅਤੇ ਇਹ ਹੈਗਾ ਇਹਦਾ ਪਿਓਰ ਸ਼ਫੋਨ ਦਾ ਦੁਪੱਟਾ ਡੋਟਸ ਵਾਲਾ। ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ, ਇਹਦਾ ਸੈਕਿੰਡ ਕਲਰ ਆ, ਠੀਕ ਹੈ ਜੀ। ਅਤੇ ਇੱਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਹਾਂ ਮਸਲੀਨ ਦੇ ਸੂਟ, ਉਹਨਾਂ ਦੇ ਵਿੱਚ ਇੱਕ ਡਿਜ਼ਾਈਨ ਹੋਰ ਹੈਗਾ, ਸਟਾਈਲ ਸੇਮ ਰਹੂਗਾ ਪ੍ਰਿੰਟ ਦਾ, ਸੈਂਟਰ ਪੈਨਲ ਦੇ ਨਾਲ ਹਲਕਾ ਹਲਕਾ ਜਿਹੜੇ ਵਿੱਚ ਫੁੱਲ ਹੈ ਜੀ, ਅਤੇ ਜਿਹੜੀ ਇਹ ਵਾਲੀ ਪ੍ਰਿੰਟਿੰਗ ਹੈ ਬੇਲਾਂ ਬਣੀਆਂ ਹੋਈਆਂ, ਇਹਨਾਂ ਦਾ ਫਰਕ ਹੈ। ਬਾਕੀ ਵਰਕ ਵੀ ਸੇਮ ਰਹੇਗਾ ਸਾਰੇ ਸੂਟਾਂ ਦੇ ਉੱਪਰ, ਸਟੱਫ ਵੀ ਸੇਮ ਆ, ਬ੍ਰਾਂਡ ਵੀ ਸੇਮ ਇਹਨਾਂ ਦਾ, ਅਤੇ ਦੁਪੱਟੇ ਵੀ ਸੇਮ ਨੇ ਜੀ। ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ, ਇਹ ਬਹੁਤ ਪਿਆਰਾ ਰਾਮਾ ਗ੍ਰੀਨ ਕਲਰ ਆ,
ਠੀਕ ਹੈ ਜੀ। ਇੱਕ ਮਿਲ ਜਾਏਗਾ ਇਹ ਥੋੜ੍ਹਾ ਜਿਹਾ ਗਾਜਰੀ ਜਿਹਾ ਸ਼ੇਡ ਆ, ਇੱਕ ਮਿਲ ਜਾਏਗਾ ਇਹ ਮਹਿੰਦੀ ਕਲਰ। ਸਕਿੰਨ ਦੇ ਨਾਲ ਸਾਰੇ ਹੀ ਕਲਰ ਕੰਟਰਾਸਟ ਬਹੁਤ ਪਿਆਰੇ ਆ। ਘੱਟ ਤੋਂ ਘੱਟ ਮੈਂ ਤੁਹਾਨੂੰ 8-10 ਸੂਟ ਦਿਖਾਏ ਆ ਅਲੱਗ ਅਲੱਗ ਕਲਰਾਂ ਦੇ। ਸੂਟ ਦੇਖੋ ਜੀ, 3500 ਦੀ ਰੇਂਜ ਵਾਲਾ ਸੂਟ ਆ, ਪਿਓਰ ਸਿਲਕ ਬਰੋਕਿਟ ਦੇ ਉੱਪਰ ਫੁੱਲ ਗਰਲਿਸ਼ ਲੁੱਕ ਦਾ ਸੂਟ ਆ। ਗਰਾਰੇ ਬਣਾਓ, ਪੈਂਟਾਂ, ਸਲਵਾਰਾਂ, ਕੁਛ ਮਰਜ਼ੀ ਬਣਾਓ, ਲਹਿੰਗੇ ਬਣਾਓ, ਜਾਗੋ 'ਤੇ ਪਾਓ, ਜਿੱਦਾਂ ਮਰਜ਼ੀ ਸੂਟ ਪਾਓ ਜੀ। ਦੇਖੋ ਸੂਟ, ਦੁਪੱਟਾ ਦੇਖੋ ਸੂਟ ਦਾ, ਸਾਰੇ ਦੁਪੱਟੇ ਦੇ ਵਿੱਚ ਵਰਕ ਹੈ, ਪਾਕਿਸਤਾਨੀ ਲੁੱਕ ਦੇ ਰਿਹਾ ਦੁਪੱਟਾ। ਅਤੇ ਪ੍ਰਾਈਸ ਸੇਮ ਹੈ, 2050 ਫ੍ਰੀ ਸ਼ਿਪਿੰਗ ਦੇ ਨਾਲ ਰਹਿਣਗੇ ਸੂਟ। ਅੱਜ ਦੇ ਦੋ ਕਲਰ ਨੇ ਇਹਦੇ ਵਿੱਚ। ਇਹ ਹੈਗੇ ਨੇ ਜੀ ਬਹੁਤ ਵਧੀਆ ਬ੍ਰਾਂਡ ਦੇ ਸੂਟ, ਅਤੇ ਕੋਟਨ ਇੱਦਾਂ ਰਹੇਗੀ ਜੀ। ਇਹ ਸ਼ਰਟ ਸਾਈਡ 'ਤੇ ਇਹ ਤਿੱਲੇ ਦੀ ਪੱਟੀ ਦਿੱਤੀ ਹੋਈ ਹੈ, ਇਹਨੂੰ ਤੁਸੀਂ ਐਡਜਸਟ ਕਰ ਸਕਦੇ ਹੋ, ਅੰਦਰ ਪੇਸਟਿੰਗ ਦੇ ਯੂਜ਼ ਕਰ ਸਕਦੇ ਹੋ। ਪਲੇਨ ਸਲਵਾਰ ਇਹਦੇ ਨਾਲ, ਇਹ ਥੋੜ੍ਹਾ ਖਾਦੀ ਲੀਲਨ ਦਾ ਸਟੱਫ ਆ। ਇਹ ਰਿਪੀਟ ਸੀਗੇ ਸੂਟ ਸਾਰੇ, ਪਹਿਲਾਂ ਜਦੋਂ ਵੀਡੀਓ 'ਚ ਦਿਖਾਏ ਸੀਗੇ 2800-2900 ਇਹਨਾਂ ਦਾ ਪ੍ਰਾਈਸ ਆ, ਅਤੇ ਅਸ ਤੁਹਾਨੂੰ ਸਾਰੇ 2050 ਦੇ ਮਿਲਣਗੇ। ਦੁਪੱਟੇ ਬਹੁਤ ਪਿਆਰੇ ਆ, ਬਿਲਕੁਲ ਸੋਫਟ ਲੀਲਨ, ਅਤੇ ਇਹਦੇ ਨਾਲ ਸੇਮ ਹੀ ਦੁਪੱਟਾ ਜੀ, ਇੱਦਾਂ ਕੰਟਰਾਸਟ ਇਹਦੇ ਨਾਲ ਮਰਜੈਂਟਾ ਦਾ ਆ ਜਾਏਗਾ, ਲਾਈਟ ਡਾਰਕ ਇੱਦਾਂ। ਠੀਕ ਹੈ, ਦੋ ਹੀ ਸੂਟ ਆ, ਸੂਟ ਦੇ ਰਹੇ ਹਾਂ ਜੀ ਸਭ ਦੀ ਪਸੰਦ ਦੇ। ਇਹ ਅਸੀਂ ਪਹਿਲਾਂ ਲੈ ਕੇ ਆਏ ਸੀਗੇ ਜਦੋਂ ਸੂਟ, ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਫੋਟੋਜ਼ ਆਉਂਦੀਆਂ ਸੀ ਸਾਡੇ ਕੋਲ। ਰੀਵਾ ਬ੍ਰਾਂਡ ਦੇ ਸੂਟ ਨੇ, ਪਿਓਰ ਕੋਟਨ ਆ, ਚਿਕਮ ਦਾ ਇਸ ਦੇ ਉੱਪਰ ਸਾਰੇ ਕੰਮ ਹੋਇਆ ਹੋਇਆ। ਠੀਕ ਹੈ ਜੀ, ਪਿਓਰ ਕੋਟਨ ਚਿਕਮ ਦੇ ਕੰਮ ਦੇ ਨਾਲ ਆ। ਫਰੰਟ ਬੈਕ ਸਾਰਾ ਹੀ ਸ਼ਰਟ ਹੀ ਚਿਕਮ 'ਤੇ ਆ, ਕਲਰ ਸੇਮ, ਬੇਸ ਹੀ ਇਹੀ ਰਹੇਗਾ ਸਾਰੇ ਸੂਟਾਂ ਦਾ, ਆਫ ਵਾਈਟ ਕਰੀਮੀ ਜਿਹਾ ਸ਼ੇਡ ਹੈ। ਇਹ ਲੇਸ ਆ, ਇਹਨੂੰ ਤੁਸੀਂ ਰਿਮੂਵ ਕਰ ਸਕਦੇ ਹੋ ਇਸ ਦੇ ਅਕੋਰਡਿੰਗ, ਜੇ ਇਹਨੂੰ ਰੱਖਣਾ ਤਾਂ ਰੱਖ ਸਕਦੇ ਹੋ। ਇਹਦੇ ਨਾਲ ਹੈਗਾ ਜੀ ਦੁਪੱਟਾ, ਪਿਓਰ ਕੋਟਨ ਦਾ ਟਾਈ ਐਂਡ ਡਾਈ ਦਾ, ਬਹੁਤ ਸੋਹਣਾ ਦੁਪੱਟਾ, ਪਿਓਰ ਕੋਟਨ ਆ, ਪਰ ਦੁਪੱਟੇ ਦੀ ਲੁੱਕ ਤੁਹਾਨੂੰ ਦੇਖਣ ਨੂੰ ਇੱਦਾਂ ਲੱਗੇਗੀ ਜਿਵੇਂ ਕੋਈ ਸ਼ਫੋਨ ਦਾ ਜਾਂ ਕਿਸੇ ਬਹੁਤ ਵਧੀਆ ਸਟੱਫ 'ਤੇ, ਅਲੱਗ ਜਿਹੀ ਲੁੱਕ ਦਾ ਦੁਪੱਟਾ ਰਹੇਗਾ। ਪਿਓਰ ਕੋਟਨ 'ਤੇ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ ਸਾਰੇ ਦੁਪੱਟਿਆਂ ਨੂੰ। ਇਹ ਹੈਗਾ ਜੀ ਵਾਈਟ ਕਲਰ, ਵਾਈਟ ਸਕਾਈ ਵਾਈਟ ਜਿਹਾ ਸ਼ੇਡ ਹੈ ਇਹ, ਮਤਲਬ ਇਸ 'ਤੇ ਨਾ ਜਿਹੜੀ ਭੜਕ ਪੈਂਦੀ ਉਹ ਸਕਾਈ ਸਕਾਈ ਸ਼ੇਡ ਦੀ ਪੈਂਦੀ ਆ। ਇਹ ਹੈਗਾ ਇਹਦਾ ਦੁਪੱਟਾ, ਠੀਕ ਹੈ, ਕਲਰ ਬਹੁਤ ਸੋਹਣੇ ਆ, ਪ੍ਰਿੰਟ ਬਹੁਤ ਪਿਆਰੇ ਆ। ਇਹ ਹੈਗਾ ਜੀ ਪ੍ਰਿੰਟ, ਰੀਵਾ ਬ੍ਰਾਂਡ ਦੇ ਸੂਟ ਨੇ ਜੀ ਸਾਰੇ, ਪਿਓਰ ਕੋਟਨ ਦੇ, ਇਹ ਵੀ ਲਾਈਨ ਵਾਲੇ ਦੁਪੱਟੇ ਦੇ ਨਾਲ, ਪਿਓਰ ਕੋਟਨ ਦੇ ਦੁਪੱਟੇ ਆ, 4 ਸਾਈਡ ਫਿਨਿਸ਼ਿੰਗ ਦੇ ਨਾਲ। ਇਹ ਹੈਗਾ ਕਰੀਮ ਕਲਰ, ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲ ਜਾਏਗਾ ਇਹਦੇ ਵਿੱਚ, ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਕਰੀਮ ਕਲਰ ਦੇ ਵਿੱਚ, ਇਹਦਾ ਦੁਪੱਟਾ ਵੀ ਸਾਰਾ ਪ੍ਰਿੰਟਿਡ ਆ। ਕੁਛ ਸੀਗੇ ਇਹਨਾਂ ਦਾ ਪ੍ਰਾਈਸ, ਅਤੇ ਅੱਜ ਤੁਹਾਨੂੰ ਲੈਸ ਵਿੱਚ ਸਾਰੇ ਸੂਟ ਦੇ ਰਹੇ ਹਾਂ ਇਹ 2050 ਦੇ ਵਿੱਚ। ਠੀਕ ਹੈ ਜੀ।
ਐਗਜੀਬਿਸ਼ਨ ਬਾਰੇ ਹਲੇ ਮੇਰਾ ਕੋਈ ਪੱਕਾ ਨਹੀਂ ਹੈਗਾ, ਕਿਉਂਕਿ ਡਬਲ ਮਾਈਂਡਡ ਹੋਏ ਵੀ ਆ, ਲਗਾਈਏ ਜਾਂ ਨਾ ਲਗਾਈਏ। ਜੇ ਮਾਈਂਡ ਬਣ ਗਿਆ ਤਾਂ ਮੈਂ ਜ਼ਰੂਰ ਤੁਹਾਨੂੰ ਅਨਾਊਂਸ ਕਰਾਂਗੀ ਵੀਡੀਓ ਦੇ ਵਿੱਚ। ਇਹ ਹੈਗਾ ਜੀ ਜੈਪੁਰੀ ਪ੍ਰਿੰਟ ਦੇ ਵਿੱਚ, ਬਹੁਤ ਪਿਆਰਾ ਸੂਟ। ਨੈੱਕ ਦੇ ਉੱਪਰ ਹੈਂਡ ਵਰਕ ਆ, ਪੈਚ ਦੇ ਉੱਪਰ ਉਰੇ ਆਪਣਾ ਨੈੱਕ ਬਣ ਜਾਏਗਾ, ਠੀਕ ਹੈ। ਅਤੇ ਇਹ ਹੈਗਾ ਜੀ ਨੀਚੇ ਬਹੁਤ ਸੋਹਣਾ ਪੈਚ, ਜੈਪੁਰੀ ਪ੍ਰਿੰਟ 'ਚ ਪਿਓਰ ਕੋਟਨ ਦਾ ਸੂਟ ਆ। ਇਹਦੇ ਨਾਲ ਇਹ ਜੈਪੁਰੀ ਆ ਜਾਏਗੀ ਜੀ ਸਲਵਾਰ, ਬੜੇ ਪ੍ਰਿੰਟ ਦੀ। ਅਤੇ ਇਹ ਹੈਗਾ ਇਹਦਾ ਪਿਓਰ ਸ਼ਫੋਨ ਦਾ ਇੱਦਾਂ ਦੁਪੱਟਾ। ਇਹਨੂੰ ਦੁਪੱਟੇ ਦੀ ਨਾ ਥੋੜ੍ਹੀ ਜਿਹੀ ਚੌੜਾਈ ਘੱਟ ਰਹੇਗੀ, ਪਰ ਤੁਸੀਂ ਇਹਨੂੰ ਪ੍ਰੈਸ ਵਗੈਰਾ ਨਾਲ ਖੋਲ੍ਹ ਸਕਦੇ ਹੋ, ਪਰ ਫਿਰ ਵੀ ਮੈਂ ਤੁਹਾਨੂੰ ਵੀਡੀਓ 'ਚ ਦੱਸਦਾ ਇਹ ਸਟਾਈਲਿਸ਼ ਜਿਹਾ ਸੂਟ ਬਣਿਆ ਹੋਇਆ। ਲੈਂਥ ਪੂਰੀ ਆ ਜੀ ਦੁਪੱਟੇ ਦੀ, ਇੱਦਾਂ ਟਸਲਸ ਲਗਾ ਕੇ ਕੁਛ ਗਰਲੀ ਜਿਹੀ ਲੁੱਕ ਦਾ ਸੂਟ ਦਿੱਤਾ ਹੋਇਆ। ਪਿਓਰ ਮਸਲੀਨ ਦੇ ਉੱਪਰ, ਪਿਓਰ ਮਸਲੀਨ ਵਿਦਆਊਟ ਲਾਈਨਿੰਗ ਸੂਟ ਬਣੇਗਾ। ਬਹੁਤ ਪਿਆਰਾ ਵਰਡਸ ਵਾਲਾ ਪ੍ਰਿੰਟ ਹੈ ਇਹਦਾ, ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ। ਪਲੇਨ ਸਲਵਾਰ ਆ ਜੀ, ਇਹ ਹੈਗਾ ਇਹਦਾ ਦੁਪੱਟਾ। ਇਹ ਵੀ ਸੂਟ ਪਿਓਰ ਕੋਟਨ ਦੇ ਉੱਪਰ, ਬਹੁਤ ਪਿਆਰੀ ਲੁੱਕ ਦਾ ਸੂਟ ਆ ਜੀ। ਨੈੱਕ 'ਤੇ ਪੱਟੀ ਮਿਲੇਗੀ, ਬਰੋਕਿਟ ਸਟਾਈਲ 'ਚ ਬਣਿਆ ਹੋਇਆ ਥਰੈਡ ਕੋਟਨ ਬੂਟੀ ਦੇ ਨਾਲ, ਬਹੁਤ ਪਿਆਰਾ ਵਿਵਿੰਗ ਵਾਲਾ ਇਸ 'ਤੇ ਸਟਾਈਲ ਆ। ਪਲੇਨ ਸਲਵਾਰ ਆ ਜੀ, ਅਤੇ ਮਸਲੀਨ ਦਾ ਦੁਪੱਟਾ ਇਸ ਸੂਟ ਦੇ ਨਾਲ ਵੀ। ਇਹਦਾ ਤੁਸੀਂ ਨੀਚੇ ਕੋਲਾ ਕੇ ਵਰਕ ਦੇਖ ਸਕਦੇ ਹੋ, ਬਹੁਤ ਪਿਆਰਾ ਵਰਕ ਹੈ, ਜੂਟ 'ਤੇ ਕੀਤਾ ਹੋਇਆ ਸਾਰੇ ਹੀ। ਇਹ ਹੈਗਾ ਜਿਹੜਾ ਮਸਲੀਨ ਦਾ ਦੁਪੱਟਾ, ਕੁਛ ਇੱਦਾਂ ਦੀ ਹੈਗੀ ਆ ਲੁੱਕ ਸੂਟ ਦੇ। ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ, ਇਹ ਹੈਗਾ ਜੀ ਸੈਕਿੰਡ ਕਲਰ, ਇਹ ਹੈਗਾ ਇਹਦਾ ਪਿੰਕ ਥਰਡ ਕਲਰ। ਸਾਰੇ ਸੂਟ ਬਹੁਤ ਪਿਆਰੇ ਆ। ਪਿਓਰ ਲੀਲਨ 'ਤੇ ਦੇ ਰਹੀ ਹਾਂ ਸੂਟ, ਬਹੁਤ ਪਿਆਰਾ ਸੂਟ ਆ, ਸਟੱਫ ਬਹੁਤ ਪਿਆਰਾ, ਪਿਓਰ ਲੀਲਨ। ਸਟਾਈਲ ਦੇਖੋ ਸੂਟ ਦਾ, ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਉਣੀ ਆ, ਬਹੁਤ ਸੋਹਣਾ ਫਲਾਰ ਬਣਿਆ ਹੋਇਆ ਡਿਜੀਟਲ ਪ੍ਰਿੰਟ ਦੇ ਉੱਪਰ, ਠੀਕ ਹੈ ਜੀ। ਪਲੇਨ ਸਲਵਾਰ ਰਹੇਗੀ ਇਹਦੇ ਨਾਲ, ਬੈਕ ਸਾਈਡ 'ਤੇ ਵੀ ਸੇਮ ਪ੍ਰਿੰਟ ਰਹੇਗਾ। ਦੁਪੱਟਾ ਵੀ ਪਿਓਰ ਲੀਲਨ 'ਤੇ ਆ, ਬਹੁਤ ਸੋਹਣਾ ਦੁਪੱਟਾ, ਸੋਫਟ ਦੁਪੱਟਾ ਬਿਲਕੁਲ, ਪ੍ਰਿੰਟਿੰਗ ਹੀ ਬਹੁਤ ਸੋਹਣੀ ਆ। ਕਲਰ ਇਹਦੇ ਵਿੱਚ ਤਕਰੀਬਨ 2700-2800 ਦੀ ਰੇਂਜ ਵਾਲਾ ਸੂਟ ਇਹ। ਸਾਰੇ ਸੂਟ ਨੂੰ ਹੈਂਡਵਰਕ ਸਿੱਪੀ ਦੇ ਨਾਲ ਕੀਤਾ ਹੋਇਆ, ਇਹ 'ਚ 3-4 ਕਲਰ ਨੇ। ਸੇਮ ਹੀ ਸਟੱਫ 'ਚ ਡਿਜ਼ਾਈਨ ਦਿਖਾਉਂਦੇ ਹਾਂ। ਸੇਮ ਹੀ ਸਟੱਫ ਹੈ ਜੀ, ਬਹੁਤ ਪਿਆਰਾ ਪ੍ਰਿੰਟ ਆ, ਠੀਕ ਹੈ। ਪਲੇਨ ਸਲਵਾਰਾਂ ਪਿਓਰ ਕੋਟਨ ਦੀਆਂ, ਅਤੇ ਇਹ ਹੈਗਾ ਇਹਦਾ ਦੁਪੱਟਾ, ਬਹੁਤ ਸੋਹਣੇ ਦੁਪੱਟਿਆਂ ਦਾ ਜਿਹੜਾ ਡਿਜ਼ਾਈਨ ਆ। ਕਲਰ ਇਹਦੇ 3 ਰਹਿਣਗੇ, ਤਿੰਨੋਂ ਹੀ ਕਲਰ ਬਹੁਤ ਸੋਹਣੇ ਆ। 2050 ਹੈਗਾ ਜੀ ਪ੍ਰਾਈਜ਼।
ਬਰੋਕਟ ਦੇ ਉੱਪਰ ਲਾਸਟ ਪੀਸ ਕੱਢ ਰਹੀ ਹਾਂ ਤੁਹਾਨੂੰ। 3300 ਦੀ ਰੇਂਜ ਵਾਲਾ ਸੂਟ ਆ ਅਤੇ ਇਹਦੇ ਨਾਲ ਪਿਓਰ ਸ਼ਫੋਨ ਦਾ ਵਰਕ ਵਾਲਾ ਦੁਪੱਟਾ ਮਿਲੂਗਾ ਤੁਹਾਨੂੰ। ਬਹੁਤ ਪਿਆਰਾ ਪੀਸ ਆ, ਸਿਲਕ 'ਤੇ ਆ ਜੀ ਸਾਰਾ ਹੀ ਸਟੱਫ। ਪਿਓਰ ਮਸਲੀਨ ਬਹੁਤ ਸੋਹਣਾ ਸੂਟ ਹੈ, ਇੱਦਾਂ ਸੈਂਟਰ 'ਚ ਬਣੇਗਾ ਉਹਦੇ ਨੈਕ, ਬਹੁਤ ਪਿਆਰਾ ਪੀਸ ਆ। ਬਣਨ ਤੋਂ ਬਾਅਦ ਲੁੱਕ ਅੱਛੀ ਆਏਗੀ। ਪਿਓਰ 3 ਮੀਟਰ ਦੀ ਸਲਵਾਰ ਕਾਟਨ 'ਤੇ ਅਤੇ ਸ਼ਫੋਨ ਦਾ ਹੈਗਾ ਜੀ ਪਿਓਰ ਦਾ ਦੁਪੱਟਾ। ਇਹ ਲਾਸਟ ਪੀਸ ਕਰਕੇ ਕੱਢ ਰਹੀ ਹਾਂ ਸੂਟ। ਇੱਕ ਤੁਹਾਨੂੰ ਮਿਲ ਜਾਏਗਾ ਪਿਓਰ ਜੋਰਜੈਟ ਦੇ ਉੱਪਰ, ਇਹ ਜੋਰਜੈਟ ਦੀ ਸ਼ਰਟ ਆ, ਫੁੱਲ ਗਰਲਿਸ਼ ਲੁੱਕ ਦਾ ਸੂਟ ਆ ਜੀ। ਅਤੇ ਇਹ ਹੈਗੀ ਇਹਦੀ ਸਲਵਾਰ ਅਤੇ ਇਹਦਾ ਦੁਪੱਟਾ ਡਬਲ ਸ਼ੇਡ ਦੇ ਵਿੱਚ ਲਾਸਟ ਪੀਸ ਪਿਆ। 2800 ਦੀ ਰੇਂਜ ਵਾਲਾ ਸੂਟ ਆ, 2050 ਦੇ ਵਿੱਚ। ਇਹ ਵੀ ਸੂਟ ਤੁਹਾਨੂੰ 2050 ਦੇ ਵਿੱਚ ਦੇ ਰਹੇ ਹਾਂ। ਪਿਓਰ ਕਾਟਨ ਦਾ ਸੂਟ ਹੈ, ਖੁਦ ਵਰਕ ਕਰਾਏ ਹੋਏ ਸੂਟ ਆ। ਇਹ ਲਾਸਟ ਪੀਸ ਪਿਆ ਸੀਗਾ ਅਤੇ ਕੋਟਾ ਡੋਰੀ ਦਾ ਦੁਪੱਟਾ, ਕੱਟ ਵਰਕ ਵਾਲਾ ਦੁਪੱਟਾ ਜੀ। ਇਹ ਸਾਰੇ ਇਹਦਾ ਘੇਰਾ ਬਹੁਤ ਸੋਹਣਾ ਬਣਿਆ ਹੋਇਆ, ਇਹ ਖੁਦ ਤਿਆਰ ਕੀਤੇ ਹੋਏ ਸੂਟ ਆ। ਕਾਫੀ ਸਾਰੇ ਸੂਟ ਸੀਗੇ ਸੇਮ ਕਲਰ ਦੇ ਵਿੱਚ। 2050 'ਚ ਜਾਏਗਾ ਜੀ ਇਹ ਵਾਲਾ ਸੂਟ ਵੀ। ਹੁਣ ਇਹ ਸੂਟ ਵੀ ਤੁਹਾਨੂੰ ਮਸਲੀਨ ਦਾ ਮਿਲ ਜਾਏਗਾ। ਦੇਖੋ ਜੀ ਸੂਟ ਬਹੁਤ ਪਿਆਰਾ ਡਿਜ਼ਾਈਨ ਆ ਸੂਟ ਦਾ, ਇਹਦੇ ਨਾਲ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ। ਇਹ ਵੀ ਸੂਟ 2050 ਦੇ ਵਿੱਚ। ਪਿਓਰ ਕਾਟਨ ਦਾ ਸੂਟ ਆ, ਵਿਦਆਊਟ ਦੁਪੱਟਾ, ਹੈਵੀ ਵਰਕ ਦੇ ਨਾਲ ਆ। ਪਿਓਰ ਕਾਟਨ ਘੇਰਾ ਬਣਿਆ ਹੋਇਆ ਬਹੁਤ ਸੋਹਣਾ, ਅਤੇ ਇਹ ਹੈਗਾ ਜੀ ਇਹਦੇ ਬਾਜੂ ਦੇ ਉੱਪਰ ਕੰਮ। ਇਹ ਸੂਟ ਤੁਹਾਨੂੰ ਹੁਣ 1800 ਦਾ ਦੇਵਾਂਗੇ ਜੀ ਵਿਦਆਊਟ ਦੁਪੱਟਾ। ਦੇਖੋ ਸੂਟ ਪਿਓਰ ਕਾਟਨ ਦੇ, ਫਰੰਟ ਬਹੁਤ ਸੋਹਣਾ ਵਰਕ ਹੈ, ਬੈਕ 'ਤੇ ਵੀ ਪ੍ਰੋਪਰ ਵਰਕ ਮਿਲੇਗਾ ਤੁਹਾਨੂੰ। ਇਹ ਹੈਗੇ ਨੇ ਬਾਜੂ, ਬਹੁਤ ਸੋਹਣਾ ਡਿਜ਼ਾਈਨਰ ਪੀਸ। ਕਾਟਨ ਮਸਲੀਨ ਦੀ ਸਲਵਾਰ ਅਤੇ ਕਾਟਨ ਮਸਲੀਨ ਦਾ ਹੀ ਹੈਗਾ ਇਹਦਾ ਸਾਰੇ ਵਰਕ ਵਾਲਾ ਦੁਪੱਟਾ, ਇੱਦਾਂ ਰਹੇਗਾ ਜੀ ਸੂਟ ਇਹ। ਇੱਕ ਸੂਟ ਤੁਹਾਨੂੰ ਮਿਲ ਜਾਏਗਾ ਚਿਕਮ ਵਰਕ ਦੇ ਉੱਪਰ, ਕਾਫੀ ਅੱਛਾ ਸੂਟ ਹੈ, ਪਿਓਰ ਕਾਟਨ ਡਿਜ਼ਾਈਨਰ ਜਿਹਾ ਪੀਸ ਬਣੇਗਾ। ਚਿਕਮ ਦੀ ਸ਼ਰਟ ਆ, ਠੀਕ ਹੈ, ਘੇਰਾ ਅਤੇ ਨੈੱਕ ਬਹੁਤ ਸੋਹਣਾ ਲੇਸਿਸ ਦੇ ਨਾਲ ਆ। ਮਸਲੀਨ ਦੀ ਸਲਵਾਰ ਆ ਅਤੇ ਦੇਖਣ ਵਾਲਾ ਹੈਗਾ ਇਹਦਾ ਦੁਪੱਟਾ। ਦੇਖੋ ਜੀ ਡਿਜ਼ਾਈਨਰ ਪੀਸ ਪਿਓਰ ਕਾਟਨ 'ਤੇ, ਠੀਕ ਹੈ ਜੀ। ਇਹ ਸੀਗੇ 2050 ਵਾਲੇ ਸੂਟ। ਇੱਕ ਦੋ ਪੀਸ ਆ ਜਿਹੜੇ ਸਾਡੇ ਹੈਂਡ ਵਰਕ ਹੋ ਕੇ ਆਏ ਹਾਂ, ਤੁਹਾਨੂੰ ਮੈਂ ਦਿਖਾਉਂਦੀ ਹਾਂ ਇਸੇ ਵੀਡੀਓ 'ਚ, ਫਿਰ ਰਹਿ ਜਾਂਦੇ ਆ ਦਿਖਾਉਣ ਤੋਂ। ਕਾਫੀ ਮੈਸੇਜ ਆਈ ਜਾਂਦੇ, ਜਿਹੜੇ ਤੁਹਾਡੇ ਪਿੱਛੇ ਪਏ ਨੇ ਸੂਟ ਉਹ ਦਿਖਾਇਓ। ਇਹ ਹੈਗਾ ਜੀ ਪਿਓਰ ਮਸਲੀਨ ਦੇ ਉੱਪਰ ਸ਼ਰਟ ਆ,
ਅਤੇ ਇਹਨੂੰ ਅਸੀਂ ਆਰੀ ਸੋਰੀ ਸਲਵਾਰ ਆ ਇਹਨੂੰ ਅਸੀਂ ਆਰੀ ਵਰਕ ਕੀਤਾ ਹੋਇਆ, ਇਹ ਸਟਰੇਟ ਸਲਵਾਰ ਬਣੇਗੀ, ਇੱਕ ਮੂਹਰੀ ਇਸ ਸਾਈਡ ਆ ਅਤੇ ਇੱਕ ਮੂਹਰੀ ਇਸ ਸਾਈਡ ਆ। ਇਹ ਸਲਵਾਰ ਆ ਅਤੇ ਇਹਦੇ ਨਾਲ ਹੈਗੀ ਇਹ ਪ੍ਰਿੰਟਡ ਸ਼ਰਟ ਪਿਓਰ ਕੋਟਨ ਦੀ। ਇਹ ਸੂਟ ਵੀ ਤੁਹਾਨੂੰ ਵਿਦਾਊਟ ਦੁਪੱਟਾ ਮਿਲੇਗਾ ਅਤੇ ਇਹਦਾ ਪ੍ਰਾਈਸ ਹੈਗਾ ਜੀ 1800, ਠੀਕ ਹੈ। ਅਤੇ ਇੱਕ ਇਹਦੇ ਵਿੱਚ ਹੈਗਾ 1800 ਦੇ ਵਿੱਚ ਅਸੀਂ ਤੁਹਾਨੂੰ ਆਰੀ ਵਰਕ ਦਾ ਕੰਮ ਦੇ ਰਹੇ ਹਾਂ ਸਲਵਾਰ ਦੇ ਪੌਂਚਿਆਂ 'ਤੇ। ਇੱਕ ਸੂਟ ਤੁਹਾਨੂੰ ਇਹ ਮਿਲ ਜਾਏਗਾ, ਇਹਦੀ ਵੈਸੇ ਤੁਸੀਂ ਪੈਂਟ ਵੀ ਬਣਾ ਸਕਦੇ ਹੋ, ਵੈਸੇ ਇਹ ਕੰਮ ਸਟਰੇਟ ਸਲਵਾਰ 'ਤੇ ਕੀਤਾ ਹੋਇਆ, ਠੀਕ ਹੈ। ਇਹਦੇ ਨਾਲ ਪਿੰਕ ਸਲਵਾਰ ਆ, ਨੀਚੇ ਪਰਪਲ ਪਿੰਕ ਸਲਵਾਰ ਆ, ਅਤੇ ਸ਼ਰਟ ਆ ਇਹਦੇ ਨਾਲ ਹੀ ਵਾਲੀ ਸ਼ਰਟ ਹੈ ਸੇਮ ਪ੍ਰਿੰਟ ਦੇ ਵਿੱਚ, ਠੀਕ ਹੈ। 1800 ਦੇ ਸੂਟ ਨੇ ਜੀ ਇਹ, ਵਿਦਾਊਟ ਦੁਪੱਟਾ ਰਹਿਣਗੇ ਦੋਨੋਂ ਹੀ ਸੂਟ। ਇੱਕ ਸੂਟ ਤੁਹਾਨੂੰ ਇਹ ਵੀ ਵਿਦਾਊਟ ਦੁਪੱਟਾ ਦੇ ਰਹੇ ਹਾਂ ਪਿਓਰ ਕੋਟਨ ਦਾ, ਇਹ ਅਸੀਂ ਖੁਦ ਵਰਕ ਕਰਵਾਏ ਹੋਏ ਹਾਂ ਮਸ਼ੀਨੀ ਵਰਕ ਦੇ ਉੱਪਰ, ਪਿਓਰ ਲੀਲਨ ਕੋਟਨ ਲਾਸਟ ਪੀਸ ਪਿਆ ਹੈ। 2300 ਪ੍ਰਾਈਸ ਸੀਗਾ, ਇਹ ਤੁਹਾਨੂੰ 2000  'ਚ ਦੇ ਰਹੇ ਹਾਂ ਜੀ। ਪਿਓਰ ਲੀਲਨ 'ਤੇ ਸੂਟ ਆ, 2000 ਦਾ ਪੀਸ ਆ। ਅਤੇ ਇੱਕ ਪੀਸ ਦੇ ਰਹੇ ਹਾਂ ਤੁਹਾਨੂੰ ਅਸੀਂ ਪਿਓਰ ਮਸਲੀਨ 'ਤੇ, ਚੈੱਕ ਮਸਲੀਨ ਹੈ ਇਹ, ਬਹੁਤ ਪਿਆਰੀ ਘੇਰਾ ਵਰਕ ਆ, ਠੀਕ ਹੈ। ਇਹਦਾ ਸਟੱਫ ਹੀ ਬਹੁਤ ਜ਼ਿਆਦਾ ਫਾਈਨ ਹੈ, ਬਾਜੂ 'ਤੇ ਵੀ ਤੁਹਾਨੂੰ ਕੰਮ ਮਿਲੇਗਾ। ਅਤੇ ਇਹ ਹੈਗਾ ਤਾਂ ਘੇਰਾ ਵਿਦਾਊਟ ਦੁਪੱਟਾ, ਇਹਨੂੰ ਟਾਈ ਐਂਡ ਡਾਈ ਦੁਪੱਟਾ ਤੁਸੀਂ ਲੈ ਸਕਦੇ ਹੋ, ਕੋਈ ਵੀ ਏਜ ਦਾ ਇਹਨੂੰ ਪਾ ਸਕਦਾ ਜੀ। ਅਤੇ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ ਅਸੀਂ ਹੁਣ ਦੇ ਦਾਂਗੇ 2000 ਦੇ ਵਿੱਚ ਹੀ, ਕਿਉਂਕਿ ਇਹਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ। ਹਾਂਜੀ, ਉਮੀਦ ਕਰਦੀ ਹਾਂ ਕੁਲੈਕਸ਼ਨ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇ ਰਹੇ ਉਹਦੇ ਲਈ ਵੀ ਥੈਂਕ ਯੂ ਸੋ ਮੱਚ।